ਆ ਦੇਖ ਲੋ ਅਬੂ ਹੁਣ ਵੇਖ ਲੋ ਆ ਸਮਾਨ ਟੁੱਟੇ ਨਾ ਜੀ ਸਾਹਿਬ ਬਾਬਾ ਨੂੰ ਕਹਿੰਦਾ ਪਿਆ ਹੈਗਾ ਮੈਂ ਕਹਿੰਦਾ ਹਾਜੀ ਜਾਣ ਦੇ ਜਾਣ ਦੇ ਤੇਰੇ ਨਾਲ ਗੱਲ ਵੱਧ ਜਾਣੀ ਆ ਹਾਜੀ ਮਜ਼ਾਕ ਬਣਾਇਆ ਤੁਸੀਂ ਹਾਜੀ ਗੱਲ ਵੱਧ ਜਾਣੀ ਆ ਇਹ 4 ਮਹੀਨੇ ਹੋ ਗਏ ਤੁਹਾਡਾ ਮੂੰਹ ਦੇਖਦੇ ਆ ਮੈਨੂੰ ਤੂੰ ਸਾਡਾ ਮੂੰਹ ਸਾਨੂੰ ਦਫਨਾ ਦੇਣਾ ਲਾਸ਼ਾ ਸੀ ਹੱਕ ਮਕਾਨ ਦਾ ਹਾਲ ਮੈਂ ਜਿੱਦਾਂ ਮਕਾਨ ਦਿੱਤਾ ਮੈਂ ਆਪਦਾ ਹੀ ਵਾਪਸ ਲੈਣਾ ਮੇਰੇ ਪੰਪ ਦਾ ਕੀ ਹਾਲ ਕੀਤਾ ਹਾਏ ਹਾਏ ਅਸੀਂ ਕਿਰਾਏ ਨਹੀਂ ਦਿੱਤੇ ਮੈਂ ਪੰਪ ਦੇ ਕੇ ਗਿਆ ਪੰਪ ਚਲਾਈਏ ਵਿੱਚ ਪਾਣੀ ਆਉਂਦਾ ਹੁੰਦਾ ਪੰਪ ਚਲਾਵਾਂ ਮਾਂ ਭੈਣ ਦੀਆਂ ਗੱਲਾਂ ਕੱਢਣ ਦੇ ਆ ਹਾਂ ਪੰਪ ਹੁਣ ਵੀ ਚੱਲਦਾ ਹੀ ਆ ਅੱਗੇ ਕਿਹੜਾ ਪੰਪ ਪਿੰਡੀ ਸਵਾਰੀਆਂ ਲਾਉਣ ਜਾਂਦਾ ਸੀ ਬਾਤ ਸੋਹਣੇ ਅਰਗਾ ਮੈਂ ਤੁਹਾਨੂੰ ਮੱਥਾ ਕਰਾ ਕੇ ਦਿੱਤਾ ਜਦੋਂ ਉਹ ਬਾਹਰ ਨਿਆਣਾ ਬੈਠਾ ਕੋਈ ਨਾ ਕੋਈ ਹੱਗਣ ਦੇ ਉਹ ਹਾਜੀ ਸਾਹਿਬ ਤੁਹਾਡਾ ਆਪਣਾ ਮੂੰਹ ਮੱਥਾ ਨਹੀਂ ਹੈਗਾ ਤੁਸੀਂ ਸਾਰੇ ਸਵਾਲ ਦੇ ਤੁਸੀਂ ਇਹੀ ਤਾਂ ਹੀ ਫੇਰ ਲੈ ਮੇਰਾ 4 ਮਹੀਨੇ ਦਾ ਕਿਰਾਇਆ 20,000 ਰੁਪਇਆ ਇੱਥੇ ਰੱਖੋ ਨਹੀਂ ਤਾਂ ਆ ਚੱਕੋ ਇੱਥੇ ਨਿਕਲਾ ਮੈਂ ਹਾਜੀ ਸਾਹਿਬ ਜੀ ਮੁੜ ਜਾ ਮੈਂ ਤੈਨੂੰ ਕਹੀ ਜਾ ਨਹੀਂ ਆਇਆ ਇੱਥੇ ਕਤਲ ਹੋ ਜਾਣੇ ਆ ਹਾਂਜੀ ਮੇਰੇ 8 ਮਕਾਨ ਇਲਾਕੇ 'ਚ ਕਿਸੇ ਮਕਾਨ ਦਾ ਮੈਂ 1 ਮਹੀਨਾ 1 ਦਿਨ ਕਿਰਾਇਆ ਲੈਣ ਨਹੀਂ ਹੋਣ ਦਿੱਤਾ ਤੁਹਾਨੂੰ 4 ਮਹੀਨੇ ਤੁਹਾਡਾ ਮੂੰਹ ਵੇਖ ਮੇਰੇ 8 ਮਕਾਨਾਂ ਤੇ ਵੀ ਲਾਰੇ ਦਾਜੀ ਤੇ ਵੀ ਲਾਣਾ ਦਾ ਏ ਅੱਲਾ ਮੀਆਂ ਕੋ ਡਰ ਕੇ ਰਹੀਦਾ ਹੁੰਦਾ ਸਦਾ ਬਾਸ਼ੀ ਅੱਲਾ ਮੀਆਂ ਦੀ ਆ ਮੈਂ ਤੁਹਾਨੂੰ ਦੱਸ ਦਵਾ ਇਹ ਸਾਰੇ ਵਿੱਚੋਂ ਇੱਕ ਵੀ ਨਹੀਂ ਰਹਿਣਾ ਕਿਸੇ ਟਾਈਮ ਮੈਂ ਤੁਹਾਨੂੰ ਦੱਸ ਦਵਾ ਠੰਗ ਰਿਆ ਤੇਰਾ ਮੈਂ ਦੱਸ ਕੀਤਾ ਤੇਰਾ ਮੈਂ ਆ ਗੱਲ ਸੁਣ ਬਹੁਤੀਆਂ ਗੱਲਾਂ ਦਾ ਕਰ ਅਸੀਂ ਪੈਂਡ ਆਏ ਆ ਤੂੰ ਦੱਸ ਇੱਕ ਵੀ ਕਰਾਇਆ ਸਾਡਾ ਲੇਟ ਹੈਗਾ ਆ ਇਸ ਸਾਲ ਨੂੰ ਕੀ ਮੌਤ ਪਈ ਹੈ ਇਸ ਸਾਲ ਨੂੰ ਮੌਤ ਪਈ ਹੈ ਮੁੰਡਾ ਫੈਕਟਰੀ 'ਚ ਕੰਮ ਕਰਦਾ ਸੀ ਅਗੋ ਫੈਕਟਰੀ ਬੰਦ ਹੋ ਗਈ ਹੈ ਫੈਕਟਰੀ ਬੰਦ ਹੋ ਗਈ ਇੱਥੋਂ ਚੱਕੋ ਮੈਨੂੰ ਕਿਰਾਏਦਾਰ ਮੈਨੂੰ ਬੜੇ ਤੁਹਾਡੇ ਵਰਗਾ ਮੈਨੂੰ ਚਾਹੀਦਾ ਨਹੀਂ ਜਿਹੜਾ ਇੱਥੇ 4-4 ਮਹੀਨੇ ਸਿਰਫ ਆ ਕੇ ਮਿੰਤਾ ਹੀ ਕਰਦੇ ਜੀ ਅਗਲੇ ਮਹੀਨੇ ਲੈ ਲਿਓ ਅਗਲੇ ਮਹੀਨੇ ਲੈ ਲਿਓ ਹਾਂਜੀ ਮੁੜ ਜਾ 20,000 ਰੁਪਈਆ ਇੱਥੇ ਰੱਖ ਦੇ ਤੇ ਇੱਥੇ ਰਹਿ ਲੈ ਨਹੀਂ ਤਾਂ ਇੱਥੋਂ ਨਿਕਲੋ ਬਾਹਰ ਹਾਂਜੀ ਸਾਹਿਬ ਤੁਸੀਂ ਉਹ ਵਕਤ ਭੁੱਲ ਗਏ ਜਦੋਂ ਅਸੀਂ ਤੁਹਾਨੂੰ ਪੂਰੇ ਸਾਲ ਦਾ ਕਿਰਾਇਆ ਐਡਵਾਂਸ ਦਿੱਤਾ ਸੀ ਓਕੇ ਤੁਹਾਨੂੰ ਦੱਸ ਦਵਾਂ ਓ ਕਿਉਂ ਕੋਹੜ ਤੋਲਦਾ ਹੈ ਮੈਨੂੰ ਤੁਸੀਂ ਹਰ ਮਹੀਨੇ ਮੈਨੂੰ ਤੁਸੀਂ ਮਿੰਤਾ ਤੱਲੇ ਕਰਾ ਕੇ ਕਰਾ ਦਿੱਤਾ ਮੈਂ ਗਿਣ ਕੇ ਦਿੱਤੇ ਤੈਨੂੰ ਮਰਸੀ ਨੂੰ ਮਕਾਨ ਦੇਤਾ ਗਿਣ ਕੇ ਦਿੱਤੇ ਅਬੂ ਨੇ ਤੁਹਾਨੂੰ ਗਿਣ ਕੇ ਦਿੱਤੇ ਉਹਨਾਂ ਦੀ ਥੁੱਕ ਮੁੱਕ ਗਈ ਤੁਹਾਨੂੰ ਇੰਨੇ ਪੈਸੇ ਅਸੀਂ ਸਾਲ ਦੇ ਦਿੱਤੇ ਮੈਨੂੰ ਇਹ ਮਕਾਨ ਦੇਣਾ ਨਹੀਂ ਤੁਹਾਨੂੰ ਬਸ ਗੱਲ ਖਤਮ ਹਾਂਜੀ ਤੇਰੀ ਮਿਹਰਬਾਨੀ ਹੈ ਨਾ ਸਤਾ ਸਾਨੂੰ ਸਾਡਾ ਕੰਮ ਨਹੀਂ ਚੱਲਦਾ ਅੱਜ ਇਹ ਗੱਲ ਸੁਣ ਤੂੰ ਇਦਾਂ ਕਰ ਤੂੰ ਉਹ ਜਿੱਥੇ ਕੱਢੇ ਆ 4 ਮਹੀਨੇ ਹਾਂ 4 ਮਹੀਨੇ ਦਾ ਉੱਥੇ 4 ਮਹੀਨੇ ਕੱਢੇ ਅਬੂ ਜੀ ਨਾ ਇੱਥੋਂ ਪਾਈ ਨਹੀਂ ਕਰਨੀ ਕੰਮ ਗਲਤ ਹੋ ਜਾਣਾ ਠੀਕ ਆ ਅਸੀਂ ਤੁਹਾਡੇ ਕਿਰਾਏਦਾਰ ਆ ਮੈਂ ਦੱਸ ਦਵਾਂ ਮੇਰਾ ਬਾਜ਼ਾਰ 'ਚ ਵਿਹਾਰ ਆ ਮੈਂ ਇੱਕ ਦਿਨ ਵੀ ਲੇਟ ਨਹੀਂ ਕਰਦਾ ਕਿਸੇ ਨੂੰ ਮੈਂ ਬਿਜਲੀ ਦਾ ਬਿੱਲ ਦੇਣਾ ਪੂਰੇ ਟਾਈਮ ਦਾ ਦੇਣਾ ਮੈਂ ਪਾਣੀ ਦਾ ਬਿੱਲ ਦੇਣਾ ਪੂਰੇ ਟਾਈਮ ਦਾ ਦੇਣਾ ਤੁਸੀਂ ਕਿਰਾਇਆ ਕਿਉਂ ਲੈਂਦੇ ਹੋ ਮੈਨੂੰ ਟਾਈਮ ਤੇ ਯਾਰ ਹਾਂਜੀ ਗੱਲ ਸੁਣ ਮੇਰੀ ਹਾਂਜੀ ਗੱਲ ਸੁਣ 4 ਮਹੀਨੇ ਦਾ ਕਿਰਾਇਆ 4 ਮਹੀਨੇ ਦਾ 20,000 ਰੁਪਇਆ 5,000 ਦੇ ਹਿਸਾਬ ਨਾਲ ਥੋੜਾ ਜਿਹਾ ਟਾਈਮ ਤਾਂ ਦੇ ਸਾਨੂੰ ਥੋੜਾ ਜਿਹਾ ਟਾਈਮ ਤਾਂ ਦੇ ਜਿੱਥੋਂ ਅੱਜ ਮੈਂ ਕਲਸਟ ਕਰ ਦਈਏ ਕਿੰਨਾ ਟਾਈਮ ਦੇ ਆ ਭਤੀਜੇ ਦਾ ਪੀਂਗਾ ਟੁੱਟ ਗਿਆ ਹਿਸਾਬ ਤੇ ਤੁਹਾਨੂੰ ਮੈਂ ਦੱਸਾਂ ਇੱਥੇ ਲੜਾਈ ਬੜੀ ਜ਼ਬਰਦਸਤ ਹੋ ਰਹੀ ਹੈ ਮੈਂ ਤੁਹਾਨੂੰ ਦੱਸਦਾ ਲਿਹਾਜ਼ ਕਰਦਾ ਤੁਹਾਡੇ ਪੁੱਤਰਾਂ ਤੇਰਾ ਮੈਨੂੰ ਦੱਸਾਂ ਇੱਥੇ ਚੋਰੀ ਪਾ ਰਹੀ ਹੈ ਇੱਥੇ ਅੱਬੂ ਮੈਂ ਕਹਿੰਦਾ ਹਾਂਜੀ ਤੇ ਚੋਰੀ ਪਾ ਰਹੀ ਹੈ ਹਾਂਜੀ ਤੇ ਇੱਥੇ ਪਾਓ 15 ਤੇ ਕਰੋ ਫੋਨ ਵੇਖ ਲੈ ਪੁੱਛਦੇ ਆ ਹਾਂਜੀ ਬਟਾਏ ਓ ਜਿੰਨੂੰ ਮਾਜੀ ਫੋਨ ਕਰ ਲੈ ਮਾਲਕ ਮਕਾਨ ਇਹ ਸ਼ਗਾ ਮਾਲਕਾਂ ਨਹੀਂ ਰਹਿੰਦੇ ਹੁੰਦੇ ਮਰ ਵੀ ਜਾਣਾ ਤੇ ਕਿਸੇ ਟਾਈਮ ਤੇ ਕਿਰਾਇਆ ਦਿਓ ਤੁਸੀਂ ਵੀ ਰਹਿ ਲਓ ਕਿਰਾਇਆ ਸੀ ਹਾਂਜੀ ਅੱਜ ਵੀ ਨਾ ਇੱਕ ਵੀ ਨਹੀਂ ਘਰ ਪੰਗੂੜਾ ਇੰਜ ਲਿਆਂਦਾ ਜਿਵੇਂ ਦੂਹਣੇ ਛਿਲਾ ਪਿਆ ਤੁਹਾਡੇ ਘਰ ਹਾਂਜੀ ਇਹੋ ਜਿਹਾ ਫਜ਼ੂਲ ਸਮਾਨ ਇਹਦਾ ਕੀ ਕੰਮ ਆ ਤੁਹਾਡੇ ਘਰ 'ਚ ਹਾਂਜੀ ਸਾਹਿਬ ਤੁਹਾਨੂੰ ਕਹਿ ਦਿਓ ਹਾਂਜੀ ਜਿਹੜਾ ਕੰਮ ਕੀ ਤੁਹਾਡੇ ਘਰ ਤੁਸੀਂ ਬੇਜਾਸਤੀ ਕਰ ਰਹੇ ਸਾਡੇ ਨਾਲ ਪੌਣੇ ਤੁਸੀਂ ਧੋਤੀਆਂ ਮਸ਼ੀਨਾਂ ਤੁਸੀਂ ਕੱਛੇ ਸੀਨ ਵਾਲੀਆਂ ਰੱਖੀਆਂ ਇਹਦਾ ਕੀ ਕੰਮ ਆ ਕੀ ਆ ਕਿੰਨਾ ਹਾਂਜੀ ਸਾਹਿਬ ਆ ਕੀ ਇਹਨੇ ਮੇਟੋ ਕੋਈ ਛੱਟ ਖਾ ਲੈਣੀ ਆ ਤੂੰ ਆ ਪਾਣੀ ਪਾਈਦਾ ਇਹਦੇ 'ਚ ਹੋਰ ਸਾਡੇ ਨੂੰ ਤੇ ਹੋਰ ਤੇਰੇ ਮੂੰਹ 'ਚ ਪੈਪ ਦੇਈਦਾ ਆ ਜਦੋਂ ਵੀ ਉਹ ਪੀੜੀ ਬੈੜਾ ਨਹੀਂ ਬੈੜਾ ਉਹ ਤੇ ਉਹ ਬੱਚੇ ਦੀਆਂ ਟਿੰਡਾ ਕਰਾਉਣ ਵਾਲੀਆਂ ਪੀੜੀਆਂ ਰੱਖੀਆਂ ਆ ਜੀ ਸਾਹਿਬ ਜਦੋਂ ਸਾਡੇ ਹਾਂਜੀ ਪੀੜੀਆਂ ਰੱਖ ਬਹੁਤ ਹੋ ਗਈ ਆ ਬਹੁਤ ਹੋ ਗਈ ਹਾਂਜੀ ਬਸ ਹੁਣ ਯਾ 20,000 ਰੁਪਏ ਹਾਂਜੀ ਹੋਰ ਬਸ ਕਰ ਇੱਕੋ ਮੈਂ ਕਹਿੰਦਾ ਹਾਂਜੀ ਹੁਣ ਬਸ ਮੇਰੀ ਗੱਲ ਸੁਣ ਲੈ ਇੱਕੋ ਹੀ ਸ਼ਕਲ ਆ ਇੱਕੋ ਹੀ ਸ਼ਰਤ ਆ ਮੇਰੀ ਅਗਰ ਉਹ ਮਨਜ਼ੂਰ ਆ ਤੁਹਾਡੀ ਕੋਈ ਬੰਦਾ ਮਹੱਲੇ 'ਚ ਜ਼ਮਾਨਤ ਦੇ ਦੇਵੇ ਮਨਜ਼ੂਰ ਇੱਥੇ ਛਾਲਾ ਲੱਗਦਾ ਮਕਾਨ ਅਸੀਂ ਤੁਹਾਡੇ ਕੋਲੇ ਆ ਮਨਜ਼ੂਰ ਆ ਕੇ ਸਾਡੀ ਗੱਲ ਕਿਉਂ ਕਰਾਏਗਾ ਉਹ ਮਨਜ਼ੂਰ ਦੀ ਗੱਲ ਹੀ ਠੰਗੜਾ ਕਰਦਾ ਮੈਂ ਠੰਗੜਿਆ ਬਾਜ ਆ ਹੁਣ ਤੁਸੀਂ ਪੀੜੀਆਂ ਛੱਟਣ ਦਾ ਆ ਜਦੋਂ ਤੁਹਾਡੇ ਘਰ ਮਹਿਮਾਨ ਆਉਂਦੇ ਉਹਦੇ ਤੁਸੀਂ ਪੀੜੀਆਂ ਛਾਡੀਆਂ ਲੈ ਕੇ ਜਾਂਦੇ ਆ ਅੱਜ ਕਿ ਚੋਰੀ ਪਾ ਦਈਏ ਪੀੜੀਆਂ ਪੁੱਛੀਆਂ ਲਿਆ ਕੇ ਪੀੜੀਆਂ ਇੰਨੀਆਂ ਪੀੜੀਆਂ ਕਹਾ ਦੇ ਹੁਣ ਆ ਪੀੜੀਆਂ ਉਹ ਤੁਹਾਡੀਆਂ ਲੱਤਾਂ ਤੋਂ ਪੀੜੀਆਂ ਤੁਹਾਡੀਆਂ ਕੁਰਸੀਆਂ
ਮੁੰਡਿਆ ਕਿਉਂ ਨਹੀਂ ਰੱਖਦਾ ਘਰ ਹਾਂਜੀ ਸਾਹਿਬ ਤੁਸੀਂ ਇਹ ਨਾ ਹਾਂਜੀ ਮੁੰਡਿਆ ਢੀੜੀਆਂ ਓਏ ਉਹ ਮੇਰੀ ਅੰਗੂਠੀ ਜਿੱਥੇ ਸੋਨੇ ਦੀ ਲਾਲੀ ਹੁਣੀ ਇਹਨੇ ਉਹ ਦੋ ਤੋਲੇ ਦੀ ਅੰਗੂਠੀ ਆ ਗਈ ਸ਼ਕਲੇ ਫਰਾੜੀ ਓਏ ਤੂੰ ਸਿਰਫ ਹਾਂਜੀ ਓਏ ਮੇਰੀ ਹਾਂਜੀ ਦੋ ਤੋਲੇ ਦੀ ਅੰਗੂਠੀ ਓਏ ਆ ਜੇ ਨਾ ਤੁਸੀਂ ਮੈਨੂੰ 20,000 ਫਰਾਇਆ ਉਹ ਵੀ ਜੇਬ 'ਚ ਹੈ ਨਹੀਂ ਓਏ ਉਹ ਵੀ ਕੱਢ ਲਿਆ ਹਾਂਜੀ ਉਹ ਵੀ ਕੱਢ ਲਿਆ ਓ ਫੋਨ ਬੜਾ ਅੱਬੂ 20,000 ਵੀ ਹੈ ਨਹੀਂ ਉਹ ਕਿਹੜੀ ਸੋਨੇ ਦੀ ਕੋਠੀ ਆ ਹੁਣੇ ਪਤਾ ਲੱਗਿਆ ਫੋਨ ਬੜਾ ਬੜਾ ਓਏ ਕਮੀਟ ਮੇਰੀ ਗੱਲ ਦਾ ਸੋਨਾ ਯਾਰ ਨਾ ਹਾਂਜੀ ਮੁੜ ਜਾ ਓਏ ਮੈਂ ਤੈਨੂੰ ਕਹਿੰਦਾ ਮੁੜ ਜਾ ਮੁੜ ਜਾ ਓਏ ਠੀਨਾ ਪਈ ਓ ਠੋਕ ਲੈ ਠੀਨਾ ਪਈ ਓਏ ਠੋਕ ਲੈ ਬਾ ਅੱਬੂ ਦੇ ਠੀਨਾ ਪਈ ਓਏ ਤੁਸੀਂ ਸੋਨਾ ਚਾਂਦੀ ਡਰਾਮਾ ਨਹੀਂ ਵੇਖਿਆ ਤੇਰੇ ਕੋਲ ਸੋਨੇ ਦੀ ਕੋਠੀ ਕਿੱਥੋਂ ਆ ਗਈ ਯਾਰ ਪਤਾ ਲੱਗ ਜੂਗਾ ਪਤਾ ਲੱਗ ਜੂ ਲੱਗ ਜੂ ਪਤਾ ਹੁਣ ਜਿਹਨੂੰ ਮਰਜ਼ੀ ਬੁਲਾ ਲਓ चोर फड़े गए अंगूठिया दो तोले दिया ले गए 20,000 रुपया चोरी साहब आजो आजो लुटे गए चोर इथे ही है चोर इथे ही है चोर के बाजे जावे तन्नू दसा चोर इथे ही है आ गया चोरी किन्नु सते है ना और पूरी गल होएगी मैं कहना इथे पे जाग मां पूरा पेंट बलिया अब्बू 20,000 रुपया मेरा मोबाइल भी है कोला आ दो तोले दी अंगूठी ओ ठगवा मैं तन्नू दसदा आराम ना भाई जावे तन्नू दसा चलो अंगूठी हुन तन्नू पता लगेगा तू चुकी है ओए मैं ਮੈਂ ਕਹਿੰਦਾ ਰਿਹਾ ਸ਼ਰਾਫਤ ਨਾਲ ਇੱਥੋਂ ਮਕਾਨ ਚੋਂ ਸਮਾਨ ਚੱਕੋ ਤਾਂ ਨਿਕਲ ਜਾ ਮੈਂ ਤੁਹਾਨੂੰ ਦੱਸਾਂ ਕੀ ਗੱਲ ਹੁੰਦੀ ਹੈ ਆ ਰਹੇ ਆ ਓਏ ਆ ਜਾ ਤੇ ਆ ਜਾਣ ਆ ਜਿਹੜੇ ਤੂੰ ਗੁੱਸੇ ਦਿਖਾਣਾ ਨਾ ਆ ਰਹੇ ਆ ਆ ਰਹੇ ਆ ਆ ਰਹੇ ਆ ਰਹੇ ਆ ਦੇਖਿਆ ਅਬੂ ਨਾਲ ਹੀ ਸਮਾਨ ਛਿੱਡੇ ਕਰੇ ਲਾ ਪਿਆ ਸਮਾਨ ਛਿੱਡੇ ਸਲਾਮ ਅਲੈਕਮ ਚੋਰੀ ਸਾਹਿਬ ਸਮਾਨ ਛਿੱਡੇ ਚੋਰੀ ਸਾਹਿਬ ਹਜ਼ੂਰ ਅਸੀਂ ਲੁੱਟੇ ਗਏ ਅਸੀਂ ਵੀ ਲੁੱਟੇ ਗਏ ਮੁੰਡਿਆ ਹਾਂਜੀ ਆਪੇ ਪੀੜਾ ਇਹ ਹੁਣ ਕਰ ਵੱਢ ਕੇ ਗੱਲਾਂ ਕਰ ਫੜ ਫੜ ਚੱਲ ਜਾ ਕੋ ਬਾਹਰ ਬੰਦਾ ਸੱਦਿਆ ਤੂੰ ਕਰ ਜਰਾ ਅਸੀਂ ਆ ਬੈਠੋ ਖਾਲੂ ਜਗ੍ਹਾ ਬੈਠੋ ਇੱਥੇ ਆ ਬੈਠੋ ਜਰਾ ਅੱਜ ਪਤਾ ਲੱਗਦੀ ਸੀ ਮੈਨੂੰ ਵੀ ਦੱਸ ਦੇ ਮੈਂ ਵੀ ਬੰਦੇ ਇਕੱਠੇ ਕਰਦਾ ਬੰਦੇ ਵੀ ਹੁੰਦੇ ਜਾ ਕਿੰਨੂੰ ਬੰਦੇ ਨਹੀਂ ਹੁਣ ਲੱਭਨੇ ਅੱਜ ਲੱਗ ਜੇ ਕਿੰਨੂੰ ਨਹੀਂ ਹੁਣ ਬੰਦੇ ਲੱਭਨੇ ਅੱਜ ਪਤਾ ਲੱਗ ਜੇਗਾ ਤੈਨੂੰ ਹੁਣ ਨਹੀਂ ਬੰਦੇ ਲੱਭਨੇ ਅੱਜ ਲੱਗ ਜੇਗਾ ਤੈਨੂੰ ਹੁਣ ਨਹੀਂ ਲੱਭਨੇ ਬੰਦੇ ਹੁਣ ਨਾ ਲੱਭੇ ਅੱਜ ਪਤਾ ਲੱਗ ਜੇਗਾ ਚੋਰੀ ਸਾਹਿਬ ਆ ਗਏ ਆ ਅੱਲਾ ਨੇ ਤੈਨੂੰ ਮਕਾਰ ਕੇ ਨੀਚੇ ਤੂੰ ਤੇ ਹੋ ਗਿਆ ਬਦਮਾਸ਼ ਹੁਣ ਤਕੜੀ ਦੇ ਵਿੱਚ ਤੋਲ ਕੇ ਫੈਸਲਾ ਹੋ ਗਿਆ ਤੁਸੀਂ ਅੱਬੂ ਸ਼ਾਹ ਲਵੋ ਦੋ ਤੋਲੇ ਦੀ ਅੰਗੂਠੀ 20,000 ਰੁਪਇਆ ਨਾਲ ਮੋਬਾਈਲ ਵੀ ਨਾਲ ਮੋਬਾਈਲ ਵੀ ਅੱਬੂ ਖੋਇਆ ਇਹਨੇ ਇਹ ਕਿਹੜੀ ਉਮਰ ਚੋਰੀ ਕਰਦਾ ਮੋਬਾਈਲ ਵੀ ਖੋਇਆ ਕੀ ਨਾ ਇਹ ਸਾਡੇ ਮੈਂ ਨਾਂ ਨਹੀਂ ਦੱਸਦਾ ਹੁੰਦਾ ਜੇ ਮੇਰਾ ਨਾਂ ਪੁੱਛਣਾ ਨਾ ਤੇ ਇੱਧਰ 40 ਪਿੰਡਾਂ ਜਾ ਕੇ ਪੁੱਛ ਮੈਂ ਕੌਣ ਆ ਗੱਲ ਸਮਝ ਆਈ ਤੇ ਅੱਖ ਤੇ ਹੱਥ ਨੀਵਾ ਗੱਲ ਕਰਨ ਤੋਂ ਪਹਿਲੇ ਉਂਗਲ ਇੰਜ ਹੋਈ ਤੇ ਗੁੱਟ ਲੱਥ ਗਿਆ ਹਾਂਜੀ ਕਰ ਗੱਲ ਹੁਣ ਕਰ ਹੁਣ ਫੜ ਮੇਰਾ ਗਿਰੇਬਾਨ ਲੈ ਅੰਗੂਠੀ ਮੇਰੀ ਤੁਸੀਂ ਆ ਮਜਬੂਰ ਕੀਤਾ ਮੈਨੂੰ ਗਿਰੇਬਾਨ ਫੜਨ ਦੇ ਅੰਗੂਠੀ ਲਾ ਸੋਨੇ ਚੌਧਰੀ ਹਰ ਡੁੱਡ ਚ ਹੱਥ ਨਹੀਂ ਪਾਈਦਾ ਹੁੰਦਾ ਹਰ ਡੁੱਡ ਚ ਹੱਥ ਨਹੀਂ ਪਾਈਦਾ ਹੁੰਦਾ ਕੋਈ ਪਤਾ ਨਹੀਂ ਹੁੰਦਾ ਕਿਹੜੀ ਡੁੱਡ ਚ ਕੌਣ ਬੈਠਾ ਕੌਣ ਬੈਠਾ ਸਰ ਹਾਂਜੀ ਹਾਂਜੀ ਸਦਕੇ ਜਾ ਭਾਈ ਅਸੀਂ ਕਾਰੋਬਾਰੀ ਜੇ ਬੰਦੇ ਆ ਜੀ ਖਾਲੂ ਜੱਗਾ ਆ ਗਿਆ ਖਾਲੂ ਜੱਗਾ ਨਹੀਂ ਕੱਲਾ ਜੱਗਾ ਹਾਂਜੀ ਜੱਗਾ ਕਹਿਆ ਏ ਇੰਨਾ ਸੌਫਟ ਨਾ ਕਰ ਬਦਮਾਸ਼ੀ ਸਿੱਧਾ ਕੇ ਬੈਠ ਨਾਲੇ ਖਾਲੂ ਕਹਿਣ ਨਾਲ ਜੱਗੇ ਦੀ ਮੱਤ ਵੱਜ ਜਾਂਦੀ ਏ ਸਿੱਧਾ ਕੇ ਬੈ ਇਹ ਰੌਲਾ ਇੰਨਾ ਕਾ ਭਾਈ ਭਾਜੀ 4 ਮਹੀਨੇ ਤੋਂ ਇਹਨਾਂ ਨੂੰ ਇਸ ਮਕਾਨ ਦਾ ਕਿਰਾਇਆ ਨਹੀਂ ਇਹਨਾਂ ਨੇ ਮੈਨੂੰ ਦਿੱਤਾ 1.5 ਸਾਲ ਤੋਂ ਰਹਿਣ ਦੇ ਆ ਜਿਹੜੇ ਬਾਕੀ ਕਿਰਾਏ ਦਿੱਤੇ ਆ ਮੈਨੂੰ ਤਰਲਾ ਕਰਕੇ ਦਿੱਤੇ ਹੁਣ ਮੇਰਾ ਮੈਂ ਸਮਾਨ ਚੁੱਕਿਆ ਮੈਂ ਕਿਹਾ ਚੁੱਕੋ ਇੱਥੋਂ ਘਰੋਂ ਬਾਹਰ ਹੋ ਜਾਓ ਹੁਣ ਮੇਰਾ ਇੱਥੋਂ ਬਾਹਰ ਇਹਨਾਂ ਨੂੰ ਕੱਢਣਾ ਬਣਦਾ ਭਾਈ ਵੀ ਮੇਰੇ ਇਹਨਾਂ ਦਾ ਮੇਰੇ ਨਾਲ ਲੜਨਾ ਬਣਦਾ ਲੜਨਾ ਬਣਦਾ ਮੌਲਾ ਸਲਾਮਤ ਰੱਖੇ ਲੜਨਾ ਬਣਦਾ ਅੱਲਾ ਜ਼ਿੰਦਗੀ ਆ ਕਰੇ ਲੜਨਾ ਹੀ
ਮੌਲਾ ਲੰਬੀ ਜ਼ਿੰਦਗੀ ਕਰੇ ਬਣਦਾ ਹੈ ਜੇ ਲੋਕ ਨਹੀਂ ਲੜੇ ਹਾਏ 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 ਲੜਨਾ ਤਾਂ ਬਣਦਾ ਅੱਜ ਬਣਦਾ ਅੱਜ ਬਣਦਾ ਹਾਂ ਅੱਜ ਬਣਦਾ ਚਾਰ ਬੰਦਿਆਂ ਨੂੰ ਪਤਾ ਲੱਗੇ ਲੜਾਈ ਹੋਈ ਹੈ ਸਿਰ ਖੁੱਲਣ ਜਵਾਨੀਆਂ ਮਾਣੇ ਖੈਰਾ ਖਾਲੂ ਜੀ ਅੱਗੇ ਖੈਰਾ ਬੇਟਾ ਤੂੰ ਮੈਨੂੰ ਖਾਲੂ ਨਾ ਕਹਿ ਬਦਮਾਸ਼ ਆਦਮੀ ਆ ਖਾਲੂ ਵਿੱਚ ਪਾ ਕੇ ਮੇਰਾ ਕਰੈਕਟਰ ਸੌਫਟ ਨਾ ਕਰ ਕੱਲਾ ਜੱਗਾ ਰਹਿਣ ਦੇ ਮੈਨੂੰ ਇਸੇ ਵਾਸਤੇ ਅਸੀਂ ਆਪਣੇ ਖਾਲੂ ਨੂੰ ਨਹੀਂ ਮਿਲਦੇ ਉਹ ਵੀ ਪੰਚਾਇਤ 'ਚ ਮੈਨੂੰ ਖਾਲੂ ਖਾਲੂ ਕਰਦਾ ਰਹਿੰਦਾ ਹੁੰਦਾ ਸੀ ਚੁੱਪ ਕਰ ਮੂੰਹ ਬੰਦ ਰੱਖ ਲੈ ਭਾਈ ਆ ਮੈਨੂੰ 4 ਮਹੀਨੇ ਦਾ ਕਿਰਾਇਆ ਲਿਆ ਦਿਓ ਜੀ ਮੈਂ ਸ਼ਰੀਫ ਆਦਮੀ ਕਾਰੋਬਾਰੀ ਆਦਮੀ ਆ ਮੈਂ ਇੱਕ ਦਿਨ ਉੱਤੋਂ ਕੱਢਣ ਵਾਲਾ ਬੰਦਾ ਨਹੀਂ ਹੈਗਾ ਇਹ ਮੈਂ ਇਹਦੇ ਮੂੰਹ ਨੂੰ ਕਦੇ ਇਹਦੇ ਮੂੰਹ ਨੂੰ ਕਦੇ ਇਹਨਾਂ ਦੋਵਾਂ ਦੇ ਮੂੰਹ ਨੂੰ ਮੈਂ ਇਹਨਾਂ ਦਾ ਮਹੀਨਾ ਦੂਆ ਮਹੀਨਾ ਪਾਤੀ ਆ ਬਾ 4 ਮਹੀਨੇ ਲੰਘ ਗਏ ਆ ਜੀ ਇਹਨਾਂ ਦੇ ਮੂੰਹ ਨੂੰ ਆ ਮੂੰਹ ਵੇਖ ਰਹੇ ਆ ਹਾਂਜੀ ਜੀ ਨਜ਼ਰ ਆ ਰਿਹਾ ਨਾ ਮੂੰਹ ਹਾਂਜੀ ਆ ਰਿਹਾ ਜੀ ਇਸੇ ਮੂੰਹ ਮੂੰਹ ਨਹੀਂ ਹੋ ਰਹਿਣਾ ਅੱਗੇ ਕਰ ਲਾ ਅੱਗੇ ਅੱਗੇ ਉਹ ਦੇਖ ਲਾ ਇਹ ਮੂੰਹ ਨਾ ਮੂੰਹ ਰਹਿਣਾ ਤੇ ਨਾ ਤੂੰ ਕਿਸੇ ਨੂੰ ਇਹ ਮੂੰਹ ਦਿਖਾਉਣ ਜੋਗਾ ਰਹਿਣਾ ਹਾਏ 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 ਜਵਾਨੀਆਂ ਮਾਣੇ ਖੈਰਾ ਖਾਲੂ ਕਿਹੜੀ ਜੇ ਬੇ ਇਨਸਾਨ ਓਏ ਥੋੜਾ ਥੋੜਾ ਕਰਕੇ ਦੇ ਦੇਣਾ ਗੱਲ ਮਕੋ ਥੋੜੇ ਥੋੜੇ ਕਿੰਨਾ ਮੁੱਕਦੀ ਆ ਇਹਨੇ ਸਾਡੀ ਸੋਨੇ ਦੀ ਅੰਗੂਠੀ 2 ਤੋਲੇ ਦੀ ਲਾਈ ਇਹਨੇ ਆ ਬੰਦੇ ਨੇ ਮੈਂ ਚੀਰ ਕੇ ਢਿੱਡ ਥਣੀ ਬਾਹਰ ਕੱਢ ਲੈਣੀ ਨਹੀਂ 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 ਬੱਲੇ ਖਾਲੂ ਬੱਲੇ ਨਹੀਂ 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 ਬੇ ਖਾਲੂ ਨਾ ਕਹਿ ਖਾਲੂ ਇਸ ਗੱਲ ਤੋਂ ਮੈਨੂੰ ਨਫ਼ਰਤ ਆ ਸਮਝਾਓ ਆ ਖਾਨ ਸਾਹਿਬ ਆਪਣੇ ਮੁੰਡੇ ਨੂੰ ਕਹਿੰਦਾ ਇਹਨੇ ਕਰੀਬੀ ਜਿਹਾ ਰਿਸ਼ਤੇਦਾਰ ਬਣਿਆ ਆ ਖਾਲੂ ਇਹਦਾ ਤੇਰਾ ਮੂੰਹ ਖਾਲੂ ਕਹਿਣ ਵਾਲਾ ਰਾਣਿਆਂ ਨਾਲ ਢਾੜੀਆਂ ਦਾ ਮਰਾਸੀਆਂ ਦਾ ਸਾਥ ਹੁੰਦਾ ਹੈ ਇਹ ਹੁੰਦਾ ਹੈ ਪਰ ਖਾਲੂ ਨਾ ਪਾ ਮਾੜਾ ਜਿਹਾ ਫਰਕ ਰਹਿਣ ਦੇ ਜੱਗਾ ਸਾਹਿਬ ਮੈਂ ਕੋਈ ਇਹਨਾਂ ਦੀ ਅੰਗੂਠੀ ਨਹੀਂ ਲਾਈ ਇਹਨਾਂ ਮੈਂ ਕਿਰਾਇਆ ਮੰਗਿਆ ਇਹਨਾਂ ਨੇ ਮੈਂ ਤੇ ਚੋਰੀ ਪਾ ਦਿੱਤੀ ਇੱਕ ਮੋਬਾਈਲ ਆ ਨਵਾਂ ਮੋਬਾਈਲ ਮੈਂ ਕੱਲ ਜੇ ਕੇਸ਼ਿੰਗ ਦਾ ਬੂਟੀ ਇਹ ਕਰਾਈ ਇਹ ਕੱਲ ਤੇ ਕੇਸ਼ਿੰਗ ਦੀ ਕਰਾਈ ਸੋਪੋ ਦਾ ਸੋਪੋ ਹਾਂ ਆ ਨੁੱਕਰ ਤੇ ਦੁਕਾਨ ਵਾਲੇ ਕੋਲ ਜਾ ਕੇ ਮੈਨੂੰ ਫੋਨ ਕਰਦੇ ਆ ਜਦੋਂ ਕਿ ਕੋਈ ਕੰਮ ਹੋਵੇ ਇਹਨਾਂ ਕੋਲ ਤਾਂ ਮੋਬਾਈਲ ਹੈ ਹੀ ਕੋਈ ਨਹੀਂ ਆ ਨੰਬਰ ਘਰ ਦੇ ਦੋ ਕੀਤਾ ਅਸੀਂ ਚੋਰੀ ਸਾਹਿਬ ਨੇ ਕੀਤਾ ਨਹੀਂ ਉਹ ਮੈਂ 4 ਮਹੀਨੇ ਦਾ ਕਿਰਾਇਆ ਲੈਣਾ ਤਾਂ ਮੈਂ ਤੁਹਾਨੂੰ ਦੱਸਦਾ ਉਦੋਂ ਮੈਂ ਤੁਹਾਨੂੰ ਇਸ ਮਕਾਨ ਦੇ ਵਿੱਚ ਇੱਕ ਮੀਟਰ ਦੇ ਦਾਂ ਆਵਾਜ਼ ਥੱਲੇ ਆਵਾਜ਼ ਥੱਲੇ ਨਹੀਂ ਤੇ ਤੂੰ 6 ਫੁੱਟ ਥੱਲੇ ਹਾਂ ਜਵਾਨੀਆਂ ਮਾਰੇ ਮੈਨੂੰ ਪਤਾ ਮੈਂ ਆਪ ਕਈ ਨਾ ਕਈ ਬੰਦੇ ਛੱਡ ਗਿਆ ਜੇ ਆਵਾਜ਼ ਉੱਚੀ ਕਰਨੀ ਹੈ ਆਵਾਜ਼ ਉੱਚੀ ਕਰਨ ਤੋਂ ਪਹਿਲੇ ਰਿਸ਼ਤੇਦਾਰਾਂ ਨੂੰ ਫੋਨ ਕਰ ਦੇਣੇ ਆ ਕਿ ਹਾਜੀ ਗਿਆ ਗਿਆ ਕਿੰਨੇ ਮਹੀਨੇ ਦਾ ਕਰਾਇਆ 4 ਮਹੀਨੇ ਦਾ ਕੀ ਕਹਿਣ ਦੇ ਆਪੀ ਤਾਂ ਕਹੀ ਜਾਂਦਾ ਯਾਰ ਤੂੰ ਆਵਾਜ਼ ਥੱਲੇ ਕਰ ਲੈ ਹੁਣ ਥੋੜੀ ਜੀ ਤੇ ਭੋਰੀ ਜੀ ਤੇ ਚੱਕਣ ਦੇ ਨਾ ਯਾਰ ਤੈਨੂੰ ਸਮਝ ਵੀ ਤੇ ਆਵੇ ਮੈਂ ਕੀ ਕਹਿੰਨੇ ਕਿੰਨੇ ਮਹੀਨੇ ਦਾ ਕਰਾਇਆ 4 ਮਹੀਨੇ ਕੀ 1 2 3 4 4 ਮਹੀਨੇ ਦਾ ਹਵੇ ਨੂੰ ਸ਼ਰਮ ਨਹੀਂ ਆਉਂਦੀ ਲੰਦ ਪਾਉਣ ਦੇ ਆਇਆ ਵੇਖ ਤਾਂ ਸਹੀ ਚੋਰ ਸਾਹਿਬ ਤੇ ਲੰਦ ਪਾਉਣ ਤੂੰ ਸੌਂ ਜਾ ਓ ਯਾਰ ਮੈਂ ਨਹੀਂ ਨਹੀਂ ਤੂੰ ਸੌਂ ਜਾ ਕਿਉਂਕਿ ਤੂੰ ਸਾਰਕਾ ਬਾਦੋਂ ਗੰਨੇ ਲੈ ਕੇ ਆਇਆ ਤੂੰ ਸੌਂ ਜਾ ਬੜੀ ਆਵਾਜ਼ ਹੌਲੀ ਹੋਈ ਆ ਆ ਗਏ ਖਾਲੂ ਬੇਟੇ ਮੈਨੂੰ ਖਾਲੂ ਨਾ ਕਹਿ ਮੈਨੂੰ ਖਾਲੂ ਨਾ ਕਹਿ ਮੈਂ ਤੁਹਾਡਾ ਬਿਮਾਰ ਆ ਖਾਨ ਸਾਹਿਬ ਬਿਮਾਰ ਆ ਪਾਣੀ ਪੀ ਬਿਮਾਰ ਰਹਿਣਾ ਹੁੰਦਾ ਨੇ ਕਹਿਣਾ ਨਹੀਂ ਸੀ ਤੁਹਾਨੂੰ ਇਹਨਾਂ ਨੇ ਜੀ ਮੇਰੇ ਮਕਾਨ ਦਾ ਕੀਤਾ ਬੁਰਾ ਹਾਲ ਹਾਂ ਮੈਂ ਇਹਨਾਂ ਨੂੰ ਕਮਰੇ ਆਲੇ ਫਰਜ ਜਿਹੜੇ ਨਾ ਹਾਂਜੀ ਮੈਂ ਇਹਨਾਂ ਨੂੰ ਬੜੇ ਸੋਹਣੇ ਚੀਕ ਚੂਕ ਕੇ ਮਾਂਜ ਮੂਜ ਕੇ ਦਿੱਤੇ ਆ ਜਾ ਕੇ ਫਰਜ ਦੇ ਹਾਲ ਦੇਖੋ ਕਿਤੇ ਬਿੱਲੀਆਂ ਨੇ ਹੱਗਿਆ ਹੋਇਆ ਹੈ ਕਿਤੇ ਖਲਾਰਾ ਪਿਆ ਹੋਇਆ ਕਿਤੇ ਪੱਟਿਆ ਹੋਇਆ ਫਰਜ ਟੂਟੀਆਂ ਮੇਰੀਆਂ ਉਹ ਲਾ ਕੇ ਅੱਗੇ ਡੱਕੇ ਦਿੱਤੇ ਹੋਏ ਟੂਟੀਆਂ ਬੰਦ ਕੀਤੀਆਂ ਕਿ ਟੂਟੀਆਂ ਵੇਚ ਕੇ ਖਰੇ ਕੀ ਕਰ ਗਏ ਫਿਰ ਬਿੱਲੀਆਂ ਪੰਪ ਵੇਖੋ ਉਹ ਚਲਾਉਣਾ ਸੀ ਉਹ ਚ ਪਾਣੀ ਆਉਂਦਾ ਹੁਣ ਉਹ ਪੰਪ ਚਲਾਓ 3 ਘੰਟੇ ਚੱਲਦਾ ਰਹਿੰਦਾ ਪਤਾ ਲੱਗਦਾ ਸਿਰ ਬਿਜਲੀ ਦਾ ਬਿੱਲ ਆਉਂਦਾ ਪਾਣੀ ਨਹੀਂ ਆਉਂਦਾ ਹੁਣ ਅਸੀਂ ਤੇ ਕਈ ਵਾਰੀ ਕਿਹਾ ਬਿੱਲੀਆਂ ਨੂੰ ਕੱਚੀਆਂ ਪਾ ਲਓ ਹੁਣ ਨਹੀਂ ਪਾਉਣੀਆਂ ਜਿੱਥੇ ਮਰਜੀ ਖਾਲੂ ਸਾਡਾ ਵਿੱਚ ਕੁਛ ਹੋਰ ਨਹੀਂ ਹੈਗਾ ਜਾਂ ਤਾਂ ਬਿੱਲੀਆਂ ਦੇ ਪੈਂਪਰ ਮਿਲਦੇ ਹੋਣ ਨਾ ਬਾਜ਼ਾਰ ਚੋਂ ਤੇ ਅਸੀਂ ਲਿਆ ਕੇ ਪੈਂਪਰ ਲਾ ਦਈਏ ਖਾਲੂ ਜਾ ਕੇ ਤੂੰ ਮੈਨੂੰ ਕਿਰਾਇਆ ਲਿਆ ਦਿਓ ਤੁਹਾਡੀ ਮਿਹਰਬਾਨੀ ਚੋਰ ਸਾਹਿਬ ਜਾਨਵਰ ਦਾ ਕੀ ਕੰਮ ਅਸੀਂ ਕਹਿ ਸਕਦੇ ਵੀ ਕਿਸੇ ਟਾਈਮ ਨਾਲ ਕੀ ਕਰ ਦਵੇ ਐ ਸਮਾਨ ਇਹਨਾਂ ਦਾ ਇਕੱਠਾ ਕੀਤਾ ਹੈ ਸਾਡਾ ਕੱਢਿਆ ਸਾਡਾ ਮੈਂ ਕੱਢਿਆ ਜੀ ਬਾਹਰ ਮੈਂ ਸਾਡਾ ਕੱਢਿਆ ਲੈ ਸਾਡਾ ਕੱਢਿਆ ਚੋਰ ਸਾਡਾ ਕੱਢਿਆ ਤੇ ਜੇ ਤੇਰਾ ਮਕਾਨ ਤੇਰਾ ਹੀ ਨਾ ਰਵੇ ਫੇਰ ਹਾਂਜੀ ਰੱਬ ਦੀ ਜ਼ਮੀਨ ਆ ਜੀ ਬੱਕਰਾ ਦਵਾ ਜਿਹੜਾ ਬੱਕਰਾ ਇਹਨੂੰ ਜਿਹੜਾ ਆ ਉਹਦਾ ਬੱਕਰਾ ਲੈ ਕੇ ਜੇ ਤੇਰਾ ਹੀ ਮਕਾਨ ਇਹਨਾਂ ਦਾ ਹੋ ਜਵੇ ਫੇਰ ਮੈਂ ਤੁਹਾਡਾ ਸਤਕਾਰ ਦੇਣਾ ਤੁਹਾਨੂੰ ਨਜ਼ਰ ਲੱਗ ਜਾਣੀ ਆ ਜੇ ਤੂੰ ਕਿਰਾਇਆ ਲੈਣ ਜੋਗਾ ਰਵੇਂ ਹੀ ਨਾ ਫੇਰ ਅੱਲਾ ਕਰੇ ਖਾਲੂ ਅੱਲਾ ਕਰੇ ਨਾ ਹੀ ਰਵੇ ਜਦੋਂ ਅਸੀਂ ਆ ਮਕਾਨ ਜੇ ਤੇਰੀਆਂ ਲੱਤਾਂ ਹੀ ਲੱਤਾਂ ਨਾ ਰਹਿਣ ਫੇ ਹਾਂਜੀ ਦੇ ਦੇ ਮੈਨੂੰ ਇਹਦੀ ਜ਼ਰੂਰਤ ਪੈ ਜਾਂਦੀ ਹੈ ਰੋਡ ਤੇ ਬੈਠਾ ਮੰਗਿਆ ਕਰੂੰਗਾ ਹਾਂ ਮੰਗਿਆ ਕਰੂੰਗਾ ਔਰ ਰੇੜੀ ਲੈ ਰਿਆਂਗੇ ਯਾ ਅੱਲਾ ਮੈਂ ਕਹੀ ਜਾਂਦਾ ਮੈਂ 4 ਮਹੀਨੇ ਲਾ ਕਰਾਂ ਹਾਂਜੀ ਉੱਚੀ ਬੋਲ 4 ਮਹੀਨੇ ਦਾ ਖਾਲੂ ਜੱਗੀ
ਖਾਲੂ ਦਾ ਕੀ ਮਤਲਬ ਹੋਇਆ? ਉਹ ਜੀ ਮੈਨੂੰ ਨਹੀਂ ਪਤਾ ਬਈ ਕੀ ਪੂਰਾ ਨਾਂ ਦੱਸ ਦਿਓ ਤੁਸੀਂ, ਮੈਂ ਇਹ ਕਿਹੜਾ ਲੈਣਾ ਪੈਣਾ? ਜੱਗਾ ਸਾਹਿਬ 4 ਮਹੀਨੇ ਦਾ ਕਿਰਾਇਆ ਆ ਜਦੋਂ ਮਕਾਨ ਲਿਆ ਸੀ, ਹਾਂ ਕੁਛ ਵੀ ਨਹੀਂ ਸੀ ਖਾਲੂ ਇੱਥੇ, ਮੈਂ ਮਲਕਾ ਲੋ ਸਿਰ ਤੇ ਗੋਇਆ ਲਿਆ ਲਿਆ ਸੀ, ਕੰਨਾਂ ਨੂੰ ਪੋਚੇ ਲਾਏ ਆ, ਥੱਲੇ ਆ ਦੇਖੋ ਕਿੰਨਾ ਸ਼ਵਾਰ ਸ਼ਵੂਰ ਕੇ ਰੱਖਿਆ। ਹਾਂਜੀ ਇਹਨੇ ਸ਼ਾਹ ਮੁੰਡਿਆ, ਤੂੰ ਆਸਤਾ ਗੱਲ ਕਰਿਆ ਕਰ, ਤੇਰਾ ਫਿਫੜਾ ਮੂੰਹ ਚ ਨਾ ਜੇ ਪੁੱਤਰ, ਤੂੰ ਬਹੁਤਾ ਨਾ ਜ਼ੋਰ ਲਾਇਆ ਕਰ। ਕਿੰਨੇ ਮਹੀਨੇ ਦਾ ਕਰਾਇਆ ਜੀ? 4 ਮਹੀਨੇ ਦਾ 20,000 ਰੁਪਿਆ ਜੀ, 5,000 ਰੁਪਿਆ ਇੱਕ ਮਹੀਨੇ। ਕਿੰਨੇ ਦਿਨਾਂ ਦਾ ਵਾਅਦਾ ਕਰਨ ਦੇ ਖਾਨ ਸਾਹਿਬ? ਪਿਛਲੇ 3 ਮਹੀਨੇ ਤੋਂ ਮੈਨੂੰ ਲਾਰਾ ਲਾ ਰਹੇ ਜੀ, ਅਗਲੇ ਮਹੀਨੇ ਇਕੱਠਾ ਦੇਵਾਂਗੇ, ਫਿਰ ਅਗਲੇ ਮਹੀਨਾ ਆਇਆ ਤੇ ਫਿਰ ਅਗਲੇ ਮਹੀਨੇ ਇਕੱਠਾ ਦੇਵਾਂਗੇ, ਕਰਦੇ ਕਰਦੇ ਨਾਲੇ 20,000 ਰੁਪਿਆ ਕਰ ਲਿਆ। ਸ਼ੁਕਰ ਕਰੋ ਮੈਂ ਤੁਹਾਡਾ ਸਮਾਨ ਚੁੱਕ ਕੇ ਨਹੀਂ ਵੇਚਦਾ ਆਪਣਾ ਕਿਰਾਇਆ। ਆਵਾਜ਼ ਥੱਲੇ। ਹਾਂਜੀ 2 ਤੋਲੇ ਦੀ ਅੰਗੂਠੀ ਆ ਜਿਹੜੀ ਇਹਦੇ ਕੋਲ ਆ ਸਾਡੀ। ਹਾਂਜੀ ਕੋਲ? ਹਾਂ। 2 ਤੋਲੇ ਦਾ ਮਤਲਬ ਹੋਇਆ 3.5 ਲੱਖ ਦੀ ਅੰਗੂਠੀ। ਹਾਂਜੀ ਹਾਂਜੀ। ਟੈਨਸ਼ਨ ਤੂੰ ਨਹੀਂ ਲੈਣੀ, ਆ ਦੇਖ ਬੱਲੇ ਬੱਲੇ ਆ ਅੰਗੂਠੀ ਮੈਂ ਮੇਲੇ ਚ ਲਈ ਸੀ 17 ਰੁਪਈਆਂ ਦੀ, ਇਹ ਤੇਰੀ ਹੋ ਗਈ, ਹੁਣ ਅਸੀਂ ਜਾਣੀ ਆ ਜਾਂ ਹਾਜੀ ਜਾਣੇ, ਬਸ ਇਹ ਤੇਰੀ ਹੋ ਗਈ, ਜਾ ਮੌਕੇ ਤੇ ਫੈਸਲਾ। ਆ ਜਿਹੜੀ ਆ, ਹਾਂ ਆ ਲੋਹੇ ਦੀ। ਹਾਂਜੀ ਇਹ ਤੇਰੀ ਹੋ ਗਈ। ਸਾਡੀ ਹੈ ਨਾ ਸੋਨੇ ਚਮਕਦੀ ਸੀ, ਇਹ ਕਾਲੇ ਸੋਨੇ ਦੀ ਆ ਖਾਲੂ। ਇਹ ਦਮਪੁਰ ਆਇਆ ਆ ਵੀ ਮੈਨੂੰ ਬਾਬਾ ਸੀ ਦਾ ਵੀ ਦੁਬਾਰਾ ਹੋਵੇ ਨਾ, ਮੇਰੀ ਤਾਂ ਸੋਨੇ ਦੀ ਅੰਗੂਠੀ ਆ। ਸੋਨੇ ਦੀ ਮੈਂ ਆਪੇ ਹੀ ਲੈ ਲੂੰਗਾ ਹਾਜੀ ਕੋ, ਇਹ ਤੇਰੀ ਹੋ ਗਈ ਲੋਹੇ ਦੀ। ਖਾਲੂ ਫੈਸਲਾ ਮਕਾਉਂ ਲੈ ਸੀ ਤੈਨੂੰ ਬੁਲਾਇਆ ਆਪਣੇ। ਓਏ ਖਾਲੂ ਨਾ ਕਹਿ ਬਾਰ ਬਾਰ, ਕਿੰਨੇ ਦਿਨਾਂ ਬਾਅਦ ਦੇਣਾ ਕਰਾਇਆ ਹੁਣ? ਮੈਂ ਇਹਨਾਂ ਨੂੰ ਕਿਹਾ ਸੀ ਕਿ 10 ਦਿਨ ਬਾਅਦ ਨਾ ਕੰਮ ਦੁਕਾਨ ਖੁੱਲਦੀ ਆ, ਮੁੰਡਾ ਫੈਕਟਰੀ ਜਾਂਦਾ ਆ, ਚਲੋ ਮੈਂ ਫੈਕਟਰੀ ਵਾਲੇ ਪੈਸੇ ਚੁੱਕ ਕੇ ਇਹਨੂੰ ਦੇ ਦੇ। ਕੋਈ ਜ਼ਮਾਨਤ ਦੇ ਦੇ? 10 ਦਿਨ ਦੀ ਜ਼ਮਾਨਤ ਆ। ਮੇਰੀ ਜ਼ਮਾਨਤ ਆ ਜੀ, ਆ ਸਮਾਨ ਚ ਹਾਜੀ ਤੂੰ ਚੁੱਕ ਕੇ ਰੱਖ ਬਾਹਰ ਇਹਨਾਂ ਦਾ। ਹਾਂਜੀ ਜੇ 10 ਦਿਨਾਂ ਬਾਅਦ ਪੈਸੇ ਦੇ ਦੇਣਗੇ ਤੇ ਸਮਾਨ ਚੁੱਕ ਕੇ ਅੰਦਰ ਰੱਖ ਦੇ, ਨਹੀਂ ਤੇ ਸਮਾਨ ਪਿਆ ਰਹਿਣ ਤੇ ਤੂੰ ਬਾਹਰ ਜਾ, ਮੇਰੀ ਜ਼ਮਾਨਤ ਹੋ ਗਈ। ਖਾਲੂ ਅਸੀਂ ਬੁਲਾਇਆ ਤੁਹਾਨੂੰ, ਮੇਰੀ ਜ਼ਮਾਨਤ ਹੋ ਗਈ ਜੀ, ਅਸੀਂ ਤਾਂ ਮੇਰੇ ਮੂੰਹ ਨੂੰ ਮੈਂ ਮੰਨ ਲਈ, ਇਹ ਤਾਂ ਹੋ ਗਏ ਹੱਡੀ ਆ ਗੱਲ, ਮੈਂ ਮੰਨ ਲਈ। ਹਾਜੀ ਮੇਰੀ ਗੱਲ ਸੁਣ, ਓਏ ਤਾਂ ਗੱਲ ਚੋਰ ਸਾਹਿਬ ਹੋ ਗਏ ਹੱਡੀ ਆ, ਮੰਨ ਲਈ। ਮੈਂ ਮੂੰਹ ਨਾਲ ਗੱਲ ਨਹੀਂ ਕਰਦਾ, ਮੈਂ ਦੂਜੀ ਗੱਲ ਕਰਦਾ, ਤੈਨੂੰ ਮੈਂ ਦੱਸ ਦਵਾਂ, ਸਮਾਨ ਚੁੱਕ ਚੁੱਕ ਕੇ ਸੁੱਟ ਬਾਹਰ ਉੱਥੇ। ਅਸੀਂ ਬੁਲਾਇਆ ਚੋਰ ਸਾਹਿਬ, ਮਕਾਤੀ ਸਰਪੰਚ ਨੇ ਮਕਾਤੀ, ਮਕਾਤੀ ਆਵਾਜ਼ ਥੱਲੇ, ਅਜੀ ਆਵਾਜ਼ ਥੱਲੇ, ਖਾਲੂ ਇਹਨੂੰ ਕੋ ਹੱਥ ਵੀ ਥੱਲੇ, ਫਿਰ ਆਵਾਜ਼ ਥੱਲੇ, ਹਾਜੀ ਸਮਾਨ ਨੂੰ ਪਾਉਣ ਦੇ, ਮੇਰੇ ਆਪਣੇ ਬੰਦੇ ਨੇ, ਤੇਰੀ ਸਾਡੀ ਲੜਾਈ ਨਾ ਇੱਥੇ ਪੈ ਜਵੇ। ਨਹੀਂ ਪੈ, ਉਹ ਚੋਰੀ ਸਾਹਿਬ ਸਮਾਨ ਚੁੱਕ ਕੇ ਬਾਹਰ ਸੁੱਟ, ਬਾਹਰ ਜੋ ਸੁੱਟਣਾ ਆ ਇਹ ਤੇ ਉਹ ਵੀ ਸਿੱਟਣ ਡਿਆ ਸੀ ਖਾਲੂ, ਤੁਹਾਨੂੰ ਤੇ ਟਾਈਮ ਲਾਇਆ ਇਹ ਮੁੰਡੇ ਨੇ ਆ ਕੇ। ਹਾਲੀ ਗੱਲ ਹਾਜੀ, ਸਮਾਨ ਚੁੱਕ ਕੇ ਬਾਹਰ ਸੁੱਟ, ਜਿੱਦਣ ਤੈਨੂੰ ਪੈਸੇ ਦੇਣਗੇ ਉਧਰ ਨਾਲ ਸਮਾਨ ਅੰਦਰ ਰੱਖ ਦੇ। ਆਹ ਕਿਹੜਾ ਫੈਸਲਾ ਕੀਤਾ ਤੁਸੀਂ? ਅਸੀਂ ਤੈਨੂੰ ਆਪਣੇ ਫੈਸਲੇ ਲਈ ਬੁਲਾਇਆ ਆ, ਅਸੀਂ ਕੀਤਾ ਆ ਫੋਨ। ਮੇਰੇ ਲਈ ਕੀ ਹੁਕਮ ਆ ਜੱਗਾ ਸਾਹਿਬ? ਸਾਡਾ ਬੇੜਾ ਗਰਕ ਤੋਂ ਕੀਤਾ ਤੂੰ, ਸਮਾਨ ਚੁੱਕ ਕੇ ਬਾਹਰ ਸੁੱਟ ਸਮਾਨ। ਚੰਗਾ ਜੀ, ਇਹ ਖਾਲੂ ਕਰਾਇਆ ਮੈਂ ਫੈਸਲਾ ਕਰਤਾ ਹੀ, ਆਵਾਜ਼ ਥੱਲੇ। ਇਹ ਤਾਂ ਪਹਿਲਾਂ ਵੀ ਹੋਣ ਲਿਆ ਕੰਮ, ਲੈ ਜਾ ਜੱਗਿਆ, ਅਸੀਂ ਬੁਲਾਇਆ ਤੈਨੂੰ, ਐਡਾ ਰਹਿੰਦਾ ਨਹੀਂ ਹਾਜੀ ਇਹ। ਖਾਲੂ ਜੱਗੇ ਤੁਹਾਨੂੰ ਅਸੀਂ ਬੁਲਾਇਆ, ਅਸੀਂ ਬੁਲਾਇਆ ਆਪਣੀ ਗੱਲ ਮਕਾਉਣ ਵਾਸਤੇ, ਆ ਤੁਸੀਂ ਹਾਜੀ ਲਾਂਤੀ ਨੂੰ ਕਹਿਣ ਦੇ ਸਮਾਨ ਭਰ, ਹਾਜੀ ਸਾਡੇ ਸਮਾਨ ਬਾਰੇ ਪੂਜਾ ਕਰ ਦਿੱਤਾ। ਅੱਬੂ ਕੌਣ ਆ ਮੁੰਡਾ? ਅੱਬੂ ਇਹ ਮੁੰਡਾ ਆ ਮੇਰਾ। ਆ ਪਰੇ ਹੋ ਜਾ, ਮੈਂ ਤੈਨੂੰ ਕਹਿਣ ਦੇ ਪਰੇ ਹੋ ਜਾ। ਕੈਸੀ ਕੀਤੀ ਹਾਜੀ? ਅੱਬੂ ਮੇਰੀ ਤਬੀਅਤ ਖਰਾਬ ਹੋਣ ਦੀ ਜ਼ਰੂਰਤ ਹੈ, ਉੱਚੀ ਬੋਲਣ ਦਿੱਤਾ ਹਾਜੀ ਨੂੰ? ਨਹੀਂ ਬੋਲਣ ਦਿੱਤਾ, ਬੋਲਿਆ ਸਾਡਾ ਬੇੜਾ ਗਰਕ ਕੀਤਾ, ਇਹਨੂੰ ਕਹਿੰਦੇ ਬਦਮਾਸ਼ੀ। ਤੈਨੂੰ ਅਸੀਂ ਬੁਲਾਇਆ ਸੀ ਬਦਮਾਸ਼, ਉੱਚੀ ਬੋਲਿਆ ਤੇ ਨਾਲ ਹੀ ਮੈਂ ਕਿਹਾ ਲੋ ਮਾ ਥੱਲੇ, ਮਾ ਥੱਲੇ ਬਾਰ ਬਾਰ। ਖਾਲੂ ਜੱਗੇ, ਖਾਲੂ ਜੱਗੇ ਤੁਹਾਡੇ ਤੇ ਬੇਸ਼ੁਮਾਰ ਲਾਨਤ, ਖਾਲੂ ਜੱਗੇ ਅੱਛਾ ਆਏ ਗਰਕ ਜਾਏ ਲਾਨਤ, ਖਾਲੂ ਜੱਗੇ।